ਨਾਮ ਅਭਿਜੋਤ ਸਿੰਘ ਹੈ। ਮੈਂ ਗੁਰੂਕੁਲ ਅਕੈਡਮੀ ਸਕੂਲ ਵਿੱਚ ਪੜ੍ਹਦਾ ਹਾਂ। ਮੈਂ 6ਵੀਂ ਕਲਾਸ ਦਾ ਵਿਦਿਆਰਥੀ ਹਾਂ। ਵੈਸੇ ਤਾਂ ਮੇਰੀਆਂ ਬਹੁਤ ਹੋਬੀਆਂ ਹਨ, ਖੇਡਣਾ, ਨੱਚਣਾ, ਗਾਉਣਾ, ਪਰ ਮੈਨੂੰ ਸਭ ਤੋਂ ਵਧੀਆ ਰਾਈਟਿੰਗ ਲੱਗਦੀ ਹੈ। ਮੈਂ ਉਹਨੂੰ ਦਿਨ ਰਾਤ ਕਰਦਾ ਰਹਿੰਦਾ। ਸਾਡੇ ਸਕੂਲ 'ਚ KKHD ਟੀਮ ਆਈ ਅਤੇ ਮੈਨੇ ਰਾਈਟਿੰਗ ਦਾ ਫੋਰਮ ਭਰਿਆ ਅਤੇ ਮੇਰਾ ਪਹਿਲਾ ਰਾਊਂਡ ਅਤੇ ਦੂਜਾ ਰਾਊਂਡ ਰੋਇਲ ਗਲੋਬਲ ਸਕੂਲ 'ਚ ਹੋਇਆ ਅਤੇ ਤੀਜਾ ਅਤੇ ਚੌਥਾ ਰਾਊਂਡ ਵਿੱਦਿਆ ਸਾਗਰ ਸਕੂਲ ਵਿੱਚ ਹੋਇਆ ਅਤੇ ਮੈਂ ਹੁਣ ਫਾਈਨਲ ਰਾਊਂਡ ਵਿੱਚ ਪਹੁੰਚ ਗਿਆ ਹਾਂ ਅਤੇ ਮੈਂ ਬਹੁਤ ਹੀ ਖੁਸ਼ ਹਾਂ। ਮੈਂ ਉਮੀਦ ਕਰਦਾ ਹਾਂ ਕਿ ਮੈਂ ਉੱਥੋਂ ਜਿੱਤ ਕੇ ਹੀ ਆਵਾਂ। I am Harpreet Singh Purba, Principal Gurukul Academy Public Senior Secondary School Ubba. ਅੱਜ ਸਾਡੇ ਸਕੂਲ ਦਾ ਬੱਚਾ ਅਭਿਜੋਤ ਸਿੰਘ ਬੈਟਰ ਰਾਈਟਿੰਗ ਦੇ ਵਿੱਚ ਕਿਸਮੇ ਕਿਤਨਾ ਹੈ ਦਮ ਦੇ ਵਿੱਚ ਗ੍ਰੈਂਡ ਫਿਨਾਲੇ ਵਿੱਚ ਪਹੁੰਚ ਚੁੱਕਿਆ ਗਾ ਤਾਂ ਮੈਂ ਗ੍ਰੈਂਡ ਫਿਨਾਲੇ ਦਾ ਇਹਨਾਂ ਦਾ ਕਿਸਮੇ ਕਿਤਨਾ ਹੈ ਦਮ ਜਿਹੜੀ ਟੀਮ ਹੈ ਉਹਨਾਂ ਦਾ ਧੰਨਵਾਦ ਕਰਦਾ
ਜਿਨ੍ਹਾਂ ਨੇ ਬੱਚੇ ਨੂੰ ਇਹ ਮੌਕਾ ਦਿੱਤਾ ਅਤੇ ਇੱਥੋਂ ਤੱਕ ਲੈ ਕੇ ਆਏ ਨੇਗੇ। ਅਤੇ ਬੱਚੇ ਨੇ ਵੀ ਬਹੁਤ ਮਿਹਨਤ ਕੀਤੀ ਹੈਗੀ, ਸਾਡੇ ਸਕੂਲ ਦੇ ਟੀਚਰਸ ਲਗਾਤਾਰ ਉਸ 'ਤੇ ਮਿਹਨਤ ਕਰ ਰਹੇ ਨੇਗੇ, ਕਿਉਂਕਿ ਸਾਰੇ ਬੱਚਿਆਂ 'ਤੇ ਹੀ ਸਟਾਰਟਿੰਗ ਤੋਂ ਬਹੁਤ ਮਿਹਨਤ ਕੀਤੀ ਜਾਂਦੀ ਹੈ ਵੀ ਉਹਨਾਂ ਦੀ ਰਾਈਟਿੰਗ ਬੈਟਰ ਟੂ ਬੈਟਰ ਹੋਵੇ ਅਤੇ ਉਹ ਅੱਗੇ ਵਧਣ ਅਤੇ ਵਧੀਆ ਅੱਗੇ ਪੁਜੀਸ਼ਨ ਲੈ ਕੇ ਆਉਣ। ਸੋ ਮੈਂ ਉਮੀਦ ਕਰਦਾ ਵੀ ਗ੍ਰੈਂਡ ਫਿਨਾਲੇ ਦੇ ਵਿੱਚ ਉਹ ਵਧੀਆ ਪੁਜੀਸ਼ਨ ਲੈ ਕੇ ਆਊਗਾ, ਜਿੱਤ ਕੇ ਆਊਗਾ ਅਤੇ ਆਪਣੇ ਪਰਿਵਾਰ ਦਾ, ਮਾਤਾ ਪਿਤਾ ਦਾ ਅਤੇ ਸਕੂਲ ਦਾ ਨਾਮ ਰੌਸ਼ਨ ਕਰੂਗਾ। ਧੰਨਵਾਦ। ਮੈਂ ਵਰੁਣ ਬਾਂਸਲ ਜੀ, ਪ੍ਰੋਡਿਊਸਰ ਕਿਸਮੇ ਕਿਤਨਾ ਹੈ ਦਮ ਦੇ, ਉਹਨਾਂ ਦਾ ਧੰਨਵਾਦ ਕਰਦਾ ਵੀ ਉਹਨਾਂ ਨੇ ਇੰਨਾ ਵਧੀਆ ਪਲੇਟਫਾਰਮ ਦਿੱਤਾ ਵੀ ਬੱਚੇ ਅੱਗੇ ਵੱਧ ਸਕਣ। ਸੋ ਇੱਕ ਵਾਰ ਫਿਰ ਮੈਂ ਵਰੁਣ ਬਾਂਸਲ ਜੀ ਦਾ ਧੰਨਵਾਦ ਕਰਦਾ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰੂਕੁਲ ਅਕੈਡਮੀ ਪਬਲਿਕ ਸੀਨੀਅਰ ਸੈਕੰਡਰੀ ਉੱਬਾ ਵਿਖੇ ਪੜ੍ਹਾ ਰਹੀ ਹਾਂ ਅਤੇ ਮੇਰਾ ਨਾਮ ਰਮਨ ਸ਼ਰਮਾ। ਮੇਰੀ ਕਲਾਸ 6th ਕਲਾਸ ਦਾ ਬੱਚਾ ਅਭਿਜੋਤ ਸਿੰਘ, ਜਿਹੜਾ ਕਿ ਜਿਸਦੀ ਰਾਈਟਿੰਗ ਦਾ ਬੈਸਟ ਰਹੀ ਹੈ ਇਸ ਦੇ ਲਈ, ਅਤੇ ਅਸੀਂ ਸਾਰੇ ਹੀ, ਸਾਡਾ ਸਕੂਲ ਪ੍ਰਬੰਧਕ ਕਮੇਟੀ ਸਾਰੇ ਹੀ ਉਸ ਬੱਚੇ ਦੇ ਲਈ ਜਿਹੜਾ ਹੈ ਪੂਰਾ ਵਧੀਆ ਤਰੀਕੇ ਨਾਲ ਉਸਨੂੰ ਗਾਈਡ ਕਰਦੇ ਹਾਂ। ਅਤੇ ਉਹ ਸਾਡੇ ਸਕੂਲ ਦੇ ਵਿੱਚ ਹਰ ਵਾਰ ਰਾਈਟਿੰਗ ਕੰਪੀਟੀਸ਼ਨ ਕਰਵਾਏ ਜਾਂਦੇ ਨੇ, ਜਿਸ ਦੇ ਵਿੱਚ ਬੱਚੇ ਦੀ ਪਰਫੋਰਮੈਂਸ ਬਹੁਤ ਵਧੀਆ ਰਹੀ ਹੈ, ਅਤੇ ਅਸੀਂ ਅੱਗੇ ਤੋਂ ਵੀ ਬੱਚੇ ਨਾਲ ਵਧੀਆ ਤਰੀਕੇ ਨਾਲ ਉਹਨੂੰ ਹੋਰ ਨਿਖੇੜਨ ਦੀ ਕੋਸ਼ਿਸ਼ ਕਰਾਂਗੇ। ਅਤੇ ਬੱਚਾ ਜਿਹੜਾ ਹੈ ਉਹ ਬਹੁਤ ਇੰਟੈਲੀਜੈਂਟ ਵੀ ਹੈ ਅਤੇ ਕਲਾਸ ਦੇ ਵਿੱਚ ਵਧੀਆ ਤਰੀਕੇ ਨਾਲ ਜਿਹੜਾ ਹੈ ਡਿਸਿਪਲਿਨ ਮੇਨਟੇਨ ਕਰਕੇ ਰੱਖਦਾ। ਜਦੋਂ ਅਸੀਂ ਕੋਈ ਵੀ ਕੰਮ ਬੱਚੇ ਨੂੰ ਦਿੰਦੇ ਹਾਂ, ਮਤਲਬ ਰਾਈਟਿੰਗ ਦੇ ਲਈ, ਤਾਂ ਬੱਚੇ ਦੀ ਜਿਹੜੀ ਰਾਈਟਿੰਗ ਹੈ ਉਹ ਮੋਤੀਆਂ ਵਾਂਗ ਅੱਖਰ ਇਕੱਲਾ ਇਕੱਲਾ ਵਰਡ ਜਿਹੜਾ ਸਾਨੂੰ ਸਮਝ 'ਚ ਆਉਂਦਾ ਹੈ। ਅਤੇ ਬੱਚਾ ਹੁਣ KKSD ਦੇ ਗ੍ਰੈਂਡ ਫਿਨਾਲੇ ਦੇ ਵਿੱਚ ਪਹੁੰਚ ਚੁੱਕਿਆ ਹੈ, ਅਤੇ ਹੁਣ ਅਸੀਂ ਇਹੀ ਅਰਦਾਸ ਕਰਦੇ ਹਾਂ ਵੀ ਬੱਚਾ ਦਾ ਬੈਸਟ ਪਰਫੋਰਮੈਂਸ ਦੇਵੇ ਅਤੇ ਜਿਹੜਾ ਹੈ ਸਾਡੇ ਸਕੂਲ ਦਾ ਨਾਮ ਵੀ ਰੌਸ਼ਨ ਕਰੇ, ਅਤੇ ਸਾਰੇ ਹੀ ਇਸ ਦੇ ਲਈ ਜਿਹੜਾ ਸਾਡੇ ਪੂਰੇ ਸਕੂਲ ਦਾ ਨਾਮ ਜਿਹੜਾ ਇਹ ਰੌਸ਼ਨ ਕਰੇ। ਤੁਸੀਂ ਕਿਵੇਂ ਹੋ ਅਭਿਜੋਤ? ਹਾਊ ਆਰ ਯੂ? ਵੈਰੀ ਗੁਡ। ਗਗਨ, ਤੁਸੀਂ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ? ਖੁਸ਼ਮੀਤ, ਤੁਸੀਂ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ? ਵੈਰੀ ਗੁਡ। ਅਭਿਨੂਰ, ਬੇਟਾ ਸੈਂਟੈਂਸ ਜੀ, ਵਟ ਇਜ ਯੂਅਰ ਨੇਮ? ਇੰਟਰੋਗੇਟਿਵ, ਵੈਰੀ ਗੁਡ। ਹਾਂਜੀ, ਬ੍ਰਸ਼ ਯੂਅਰ ਟੀਥ, ਇਹ ਕਿਹੜੀ ਟਾਈਪ ਦਾ ਸੈਂਟੈਂਸ ਸੀ? ਹਾਂਜੀ, ਬ੍ਰਸ਼ ਯੂਅਰ ਟੀਥ, ਇੰਪੈਰੇਟਿਵ, ਵੈਰੀ ਗੁਡ। ਬ੍ਰਸ਼ ਯੂਅਰ ਟੀਥ, ਇੰਪੈਰੇਟਿਵ, ਵੈਰੀ ਗੁਡ। ਓਪਨ ਦਾ ਡੋਰ, ਮੈਂ
ਹੈ। ਮੇਰੇ ਦੋਸਤ ਦਾ ਨਾਮ ਅਭਿਜੋਤ ਸਿੰਘ ਹੈ। ਇਸ ਇਹ ਰਾਈਟਿੰਗ ਵਿੱਚ ਬਹੁਤ ਮਾਹਿਰ ਹੈ। ਇਹ KKHD ਦੇ ਗ੍ਰੈਂਡ ਫਿਨਾਲੇ ਵਿੱਚ ਆ ਚੁੱਕਾ ਹੈ। ਮੈਨੂੰ ਉਮੀਦ ਹੈ ਕਿ ਇਹ ਉੱਥੋਂ ਜਿੱਤ ਕੇ ਆਵੇਗਾ ਅਤੇ ਸਾਡੇ ਸਕੂਲ ਦਾ ਨਾਮ ਰੋਸ਼ਨ ਕਰੇਗਾ। ਧੰਨਵਾਦ। ਮੇਰਾ ਨਾਮ ਮਹਿੰਦਰ ਸਿੰਘ ਹੈ। ਇਹ ਮੇਰਾ ਦੋਸਤ ਅਭਿਜੋਤ ਇਸ ਲਿਖਾਈ ਵਿੱਚ ਭਾਗ ਲਿਆ ਹੈ। ਅਸੀਂ ਦੋਵੇਂ 6ਵੀਂ ਕਲਾਸ ਵਿੱਚ ਪੜ੍ਹਦੇ ਹਾਂ। ਇਹਨੇ KKHD ਸ਼ੋਅ ਵਿੱਚ ਭਾਗ ਲਿਆ ਹੈ। ਇਹ ਮੈਨੂੰ ਇਸ 'ਤੇ ਆਸ ਹੈ ਕਿ ਇਹ ਜਿੱਤ ਕੇ ਆਵੇਗਾ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕਰੇਗਾ। ਧੰਨਵਾਦ। ਧਰਤੀ 'ਤੇ ਵੀ ਰਾਈਟਿੰਗ ਕਰਨ ਲੱਗ ਜਾਂਦਾ ਹਾਂ। ਵਿਹਲੇ ਸਮੇਂ 'ਚ ਮੈਂ ਰਾਈਟਿੰਗ ਹੀ ਕਰਦਾ ਰਹਿੰਦਾ ਹਾਂ ਅਤੇ ਮੈਂ ਘਰ ਬਹੁਤ ਹੀ ਵਧੀਆ ਤਰੀਕੇ ਨਾਲ ਰਹਿੰਦਾ। ਮੈਂ ਮੋਬਾਈਲ 'ਤੇ ਵੀ ਰਾਈਟਿੰਗ ਸੁਧਾਰਨ ਦੀਆਂ ਵੀਡੀਓਆਂ ਦੇਖਦਾ ਰਹਿੰਦਾ ਹਾਂ ਜਿਸ ਨਾਲ ਮੇਰੀ ਰਾਈਟਿੰਗ ਸੁਧਰ ਜਾਵੇ। ਸਤਿ ਸ਼੍ਰੀ ਅਕਾਲ ਜੀ। ਅਭਿਜੋਤ ਦੀ ਮੰਮੀ ਜੀ ਰਾਜਵੀਰ ਕੌਰ ਮੇਰਾ ਨਾਮ ਆ, ਪਿੰਡ ਬੁਰਜਰਾਠੀ। ਅਭਿਜੋਤ ਸਿੰਘ ਜੀ ਬਹੁਤ ਇੰਟੈਲੀਜੈਂਟ ਬੱਚਾ ਗੀ, ਉਹਦੀ ਰਾਈਟਿੰਗ ਬਹੁਤ ਅੱਛੀ ਆ, ਰਾਈਟਿੰਗ ਵਧੀਆ ਕਰਦਾ ਜੀ। ਉਹ ਸਕੂਲ ਵਿੱਚ ਵੀ ਬਹੁਤ ਵਧੀਆ ਪੜ੍ਹਦਾ ਗਾ, ਘਰ ਵੀ ਆ ਕੇ ਪੜ੍ਹਦਾ ਗਾ, ਵਧੀਆ ਰਾਈਟਿੰਗ ਧਰਤੀ 'ਤੇ ਕਰਦਾ ਗਾ ਜੀ, ਵੀ ਕੰਧਾਂ ਵਗੈਰਾ 'ਤੇ ਕਰਦਾ ਰਹਿੰਦਾ ਗਾ। ਪੜ੍ਹਾਈ 'ਚ ਬਹੁਤ ਹੁਸ਼ਿਆਰ ਆ, ਖੇਡਾਂ 'ਚ ਵੀ ਵਧੀਆ ਗਾ ਜੀ, ਘਰ ਜੀ ਸਾਰਿਆਂ ਦੀ ਹੈਲਪ ਕਰਾਉਂਦਾ ਗਾ, ਵਧੀਆ ਬੱਚਾ ਗਾ, ਸਾਰਿਆਂ ਦੇ ਆਖੇ ਲੱਗਦਾ ਗਾ। ਜੇ ਕੋਈ ਬਾਹਰੋਂ ਅੰਦਰੋਂ ਰਿਸ਼ਤੇਦਾਰ ਆਉਂਦਾ ਗਾ ਵਧੀਆ ਬੁਲਾਉਂਦਾ ਜੀ, ਸਾਡੇ ਕੰਮਾਂ ਕਾਰਾਂ ਦੀ ਵਧੀਆ ਉਹ ਕਰਦਾ ਜੀ, ਦੇਖਭਾਲ, ਡੰਗਰ ਵੱਛੇ ਸਾਂਭਦਾ ਜੀ,
ਬਹੁਤ ਵਧੀਆ ਅੱਛਾ ਬੱਚਾ ਗਾ ਜੀ ਇਹ। ਜਦੋਂ ਇਹਦਾ ਡੈਡੀ ਜੀ ਬਾਹਰ ਗਿਆ ਹੁੰਦਾ ਕੰਮ ਜੀ ਸਾਡੇ ਨਾਲ ਵਧੀਆ ਕਰਾਉਂਦਾ ਜੀ ਇਹ। ਜਦੋਂ ਸਕੂਲੋਂ ਇਹ ਘਰ ਆਉਂਦਾ ਜੀ ਬਹੁਤ ਵਧੀਆ ਘਰ ਵੀ ਰਾਈਟਿੰਗ ਕਰਦਾ, ਸਕੂਲ 'ਚ ਵੀ ਕਰਦਾ ਜੀ, ਖੇਡਾਂ 'ਚ ਵੀ ਅੱਗੇ ਹੈਗਾ, ਮੋਬਾਈਲ 'ਚ ਵੀ ਰਾਈਟਿੰਗ ਦੇਖਦਾ ਰਹਿੰਦਾ ਜੀ। ਸਕੂਲ 'ਚੋਂ ਵਧੀਆ ਜੀ ਟਰੋਫੀਆਂ ਜਿੱਤ ਕੇ ਲਿਆਇਆ ਗਾ, KKHD ਸ਼ੋਅ ਵਿੱਚ ਵੀ ਪਹੁੰਚ ਚੁੱਕਿਆ ਇਹ ਫਾਈਨਲ ਰਾਊਂਡ ਵਿੱਚ ਜੀ। ਅਸੀਂ ਇਹੀ ਉਮੀਦ ਕਰਦੇ ਹਾਂ ਜੀ ਇਹ ਵੀ ਜਿੱਤ ਕੇ ਆਵੇ, ਸਾਡੇ ਪਿੰਡ ਦਾ ਨਾਮ ਅਤੇ ਸਾਡਾ ਨਾਮ ਰੋਸ਼ਨ ਕਰੇ। ਸਾਨੂੰ ਇਹ ਤੋਂ ਬਹੁਤ ਉਮੀਦ ਆ ਜੀ, ਇਹ ਬਹੁਤ ਇੰਟੈਲੀਜੈਂਟ ਬੱਚਾ ਜੀ। KKHD ਟੀਮ ਦਾ ਜੀ ਮੈਂ ਧੰਨਵਾਦ ਕਰਦੀ ਹਾਂ ਜਿਹਨੇ ਇਹ ਵਧੀਆ ਸ਼ੋਅ ਚਲਾਇਆ, ਸਾਡੇ ਬੱਚਿਆਂ ਨੂੰ ਮੌਕਾ ਦਿੱਤਾ, ਉਹਨਾਂ ਦਾ ਵੀ ਮੈਂ ਸਾਰਿਆਂ ਦਾ ਧੰਨਵਾਦ ਕਰਦੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਅਮਨਦੀਪ ਕੌਰ, ਮੈਂ ਅਭਿਜੋਤ ਸਿੰਘ ਦੀ ਚਾਚੀ ਹਾਂ। ਸਾਨੂੰ ਆਪਣੇ ਬੱਚੇ ਅਭਿਜੋਤ ਸਿੰਘ 'ਤੇ ਬਹੁਤ ਮਾਣ ਹੈ ਕਿਉਂਕਿ ਇਹ ਪੜ੍ਹਾਈ ਲਿਖਾਈ ਐਜ਼ ਵੈਲ ਐਜ਼ ਗੇਮਸ ਦੇ ਵਿੱਚ ਵੀ ਬਹੁਤ ਜ਼ਿਆਦਾ ਪਾਰਟੀਸਪੇਸ਼ਨ ਕਰਦਾ ਹੈ ਅਤੇ ਆਪਣਾ ਬੈਸਟ ਦਿੰਦਾ ਹੈ, ਅਤੇ ਸਾਨੂੰ ਆਪਣੇ ਇਸ ਬੱਚੇ 'ਤੇ ਬਹੁਤ ਹੀ ਮਾਣ ਹੈ। ਅਤੇ ਅਸੀਂ KKHD ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਇਹਨਾਂ ਨੇ ਸਾਡੇ ਇਸ ਬੱਚੇ ਨੂੰ ਬਹੁਤ ਹੀ ਗੁੱਡ ਸਕਿੱਲਸ ਦਿੱਤੇ ਨੇਗੇ ਤਾਂ ਜੋ ਉਹ ਇਹ ਆਪਣਾ ਕੌਨਫੀਡੈਂਸ ਐਂਡ ਆਪਣੇ ਸਕਿੱਲਸ ਨੂੰ ਇੰਪਰੂਵ ਕਰ ਸਕੇ ਅਤੇ ਆਪਣਾ ਅੱਗੇ ਤੋਂ ਨਾਂ ਰੋਸ਼ਨ ਕਰ ਸਕੇ। ਅਸੀਂ ਬਹੁਤ ਹੀ ਧੰਨਵਾਦੀ ਹਾਂ ਸਰ। ਅਭਿਜੋਤ ਸਿੰਘ ਦੀ ਰਾਈਟਿੰਗ ਵੀ ਬਹੁਤ ਸੋਹਣੀ ਹੈ, ਇਹ ਪੜ੍ਹਾਈ ਵਿੱਚ ਬਹੁਤ ਹੀ ਵਧੀਆ ਹੈ, ਇਹਨੂੰ ਘਰ ਵਿੱਚ ਵੀ ਲਿਖਣ ਦਾ ਬਹੁਤ ਸ਼ੌਂਕ ਹੈ, ਇਹ ਆਪਣੇ ਵੱਲੋਂ ਵੀ ਇਹ ਪੋਮਸ ਵਗੈਰਾ ਲਿਖਦਾ ਹੈ ਅਤੇ ਘਰ ਦੇ ਵਿੱਚ ਆਪਣੇ ਮਾਂ ਬਾਪ ਦੀ ਹੈਲਪ ਕਰਾਉਂਦਾ ਹੈ ਕੰਮਾਂ ਕਾਰਾਂ ਵਿੱਚ ਅਤੇ ਵੱਡਿਆਂ ਦਾ ਸਤਿਕਾਰ ਕਰਦਾ ਹੈ। ਫਰੀ ਟਾਈਮ ਵਿੱਚ ਇਹ ਆਪਣਾ ਗੇਮਸ ਵੱਲ ਧਿਆਨ ਦਿੰਦਾ ਹੈ, ਲਾਈਕ ਸਾਈਕਲ ਚਲਾਉਣੀ ਰਨਿੰਗ ਐਂਡ TV ਵੇਖਣ 'ਚ ਵੀ ਇਸਦਾ ਬਹੁਤ ਜ਼ਿਆਦਾ ਮਨ ਲੱਗਿਆ ਰਹਿੰਦਾ ਹੈ। ਅਭਿਜੋਤ ਸਿੰਘ ਹੁਣ KKHD ਦੇ ਫਾਈਨਲ ਪ੍ਰੋਗਰਾਮ ਵਿੱਚ ਪਹੁੰਚ ਚੁੱਕਿਆ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਇਸ ਸ਼ੋਅ ਦੇ ਵਿੱਚੋਂ ਜਿੱਤ ਕੇ ਆਵੇਗਾ ਅਤੇ ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰੇਗਾ। ਮੇਰਾ ਨਾਮ ਬਲਵਿੰਦਰ ਸਿੰਘ, ਮੈਂ ਅਭਿਜੋਤ ਦਾ ਫਾਦਰ ਹਾਂ। ਮੇਰਾ ਬੇਟਾ ਅਭਿਜੋਤ ਪੜ੍ਹਾਈ ਲਿਖਾਈ ਦੇ ਵਿੱਚ ਬਹੁਤ ਮਾਹਰ ਹੈ। ਇਸਨੇ KKHD ਸ਼ੋਅ ਦੇ ਵਿੱਚ ਲਿਖਾਈ ਦੇ ਵਿੱਚ ਹਿੱਸਾ ਲਿਆ, ਰਾਈਟਿੰਗ ਦੇ ਵਿੱਚ। ਇਹ ਰਾਈਟਿੰਗ ਸਾਰਿਆਂ ਦੇ ਘਰ ਕਰਦਾ ਰਹਿੰਦਾ ਜੀ। ਇਹ ਪੜ੍ਹਾਈ ਲਿਖਾਈ ਦੇ ਵਿੱਚ ਬਹੁਤ ਨਾਮ ਜਿੱਤ ਕੇ ਲਿਆਉਂਦਾ ਜੀ।
ਇਹ ਖੇਡ ਕੂਦ ਦੇ ਵਿੱਚ ਬਹੁਤ ਅੱਗੇ ਜੀ। ਇਹ ਸਾਡੇ ਘਰ ਦੇ ਕੰਮਾਂ ਵਿੱਚ ਵੀ ਬਹੁਤ ਹੈਲਪ ਕਰਦਾ ਜੀ। ਇਹ ਬੱਚਾ ਸਾਡੇ ਵੱਡਿਆਂ ਦਾ ਜੀ ਬਹੁਤ ਸਤਿਕਾਰ ਕਰਦਾ ਹੈ। ਇਹ ਬੱਚਾ ਜੀ ਕੇ 'ਚ ਜਿਹੜੀ ਸੋਅ ਦੇ ਵਿੱਚ ਫਾਈਨਲ ਦੇ ਵਿੱਚ ਪਹੁੰਚ ਚੁੱਕਾ ਹੈ। ਅਸੀਂ ਉਮੀਦ ਕਰਦੇ ਹਾਂ ਜੀ ਕਿ ਇਹ ਸੋਅ ਜਿੱਤ ਕੇ ਆਵੇਗਾ ਜੀ, ਸਾਡਾ ਅਤੇ ਸਾਡੇ ਇਲਾਕੇ ਦਾ ਨਾਮ ਰੋਸ਼ਨ ਕਰੇਗਾ। ਧੰਨਵਾਦ। ਘਰਦਿਆਂ ਨਾਲ ਵੀ ਘਰ ਵਿੱਚ ਕੰਮ ਕਰਦਾ ਹਾਂ, ਉਹਨਾਂ ਦੀ ਮਦਦ ਕਰਦਾ ਹਾਂ ਅਤੇ ਆਖੇ ਲੱਗਦਾ ਹਾਂ। ਮੈਂ ਡੰਗਰ ਪਸ਼ੂ ਦਾ ਕੰਮ ਵੀ ਕਰਦਾ ਹਾਂ। ਮੈਂ TV 'ਤੇ ਕਾਰਟੂਨ ਦੇਖਦਾ ਹਾਂ। ਮੈਨੂੰ ਕਾਰਟੂਨਾਂ ਦਾ ਬਹੁਤ ਹੀ ਸ਼ੌਂਕ ਹੈ ਅਤੇ ਮੈਨੂੰ ਖੇਡਾਂ ਵਿੱਚ ਕ੍ਰਿਕਟ ਦਾ ਬਹੁਤ ਸ਼ੌਂਕ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਜਸਵੀਰ ਕੌਰ, ਅਭਿਯੋਤ ਦੀ ਭੂਆ ਜੀ। ਅਭਿਯੋਤ ਪੜ੍ਹਾਈ ਵਿੱਚ ਬਹੁਤ ਹੀ ਵਧੀਆ, ਅਭਿਯੋਤ ਖੇਡਾਂ ਵਿੱਚ ਵੀ ਬਹੁਤ ਅੱਗੇ ਹੈਗਾ ਅਤੇ ਸਕੂਲ ਵਿੱਚ ਬਹੁਤ ਸਾਰੇ ਇਨਾਮ ਜਿੱਤ ਕੇ ਆਉਂਦਾ। ਅਭਿਯੋਤ ਦੀ ਰਾਈਟਿੰਗ ਵੀ ਬਹੁਤ ਵਧੀਆ ਜੀ। ਜਦੋਂ ਇਹ ਸਾਡੇ ਕੋਲ ਆਉਂਦਾ ਤਾਂ ਉੱਥੇ ਵੀ ਇਹ ਰਾਈਟਿੰਗ ਦੀ ਹੀ ਪ੍ਰੈਕਟਿਸ ਕਰਦਾ ਰਹਿੰਦਾ ਅਤੇ ਇਹਨੂੰ ਵੇਖ ਕੇ ਸਾਰੇ ਕਹਿੰਦੇ ਨੇ ਵੀ ਇਹਦੀ ਰਾਈਟਿੰਗ ਬਹੁਤ ਵਧੀਆ ਗੀ ਅਤੇ ਸਾਰੇ ਇਹਦੀ ਪ੍ਰਸ਼ੰਸਾ ਕਰਦੇ ਰਹਿੰਦੇ ਨੇਗੇ। ਹੁਣ ਇਹ KKHD ਦੇ ਫਾਈਨਲ ਵਿੱਚ ਪਹੁੰਚ ਚੁੱਕੇ ਅਤੇ ਸਾਨੂੰ ਉਮੀਦ ਹੈ ਵੀ ਅੱਗੇ ਜਿੱਤ ਕੇ ਆਵੇਗਾ ਅਤੇ ਸਾਡਾ ਅਤੇ ਸਾਡੇ ਇਲਾਕੇ ਦਾ ਨਾਮ ਰੋਸ਼ਨ ਕਰੇਗਾ। ਹੈਲੋ, ਮੇਰਾ ਨਾਮ ਮਨਦੀਪ ਸਿੰਘ ਹੈ। ਮੈਂ ਅਭਿਯੋਤ ਦਾ ਭਰਾ ਹਾਂ ਅਤੇ ਇਹ ਇਸਦੀ ਲਿਖਾਈ ਬਹੁਤ ਸੁੰਦਰ ਹੈ। ਇਹ ਸਾਰਾ ਦਿਨ ਪੜ੍ਹਾਈ ਵਿੱਚ ਧਿਆਨ ਦਿੰਦਾ ਹੈ ਅਤੇ ਅਸੀਂ ਇਕੱਠੇ ਖੇਡਦੇ ਹਾਂ, ਹਰ ਸਮਾਂ ਇਕੱਠੇ ਬਿਤਾਉਂਦੇ ਹਾਂ ਅਤੇ ਸਕੂਲ ਵਿੱਚ ਵੀ ਬਹੁਤ ਵਧੀਆ ਪੜ੍ਹਾਈ ਲਿਖਾਈ ਕਰਦਾ ਹੈ। ਇਸਦੀ ਰਾਈਟਿੰਗ ਬਹੁਤ ਸੁੰਦਰ ਹੈ। ਇਹ ਖੇਡਣ 'ਚ ਵੀ ਬਹੁਤ ਵਧੀਆ ਹੈ। ਇਹ ਘਰ ਆ ਕੇ ਵੀ ਰਾਈਟਿੰਗ ਅਤੇ ਪੜ੍ਹਦਾ ਹੀ ਰਹਿੰਦਾ। ਹੁਣ ਇਹ KKHD ਦੇ ਫਾਈਨਲ ਵਿੱਚ ਪਹੁੰਚ ਚੁੱਕਾ ਹੈ। ਸਾਨੂੰ ਉਮੀਦ ਹੈ ਕਿ ਇਹ ਉੱਥੋਂ ਜਿੱਤ ਕੇ ਆਵੇਗਾ, ਸਾਡਾ ਅਤੇ ਸਾਡੇ ਪਿੰਡ ਦਾ ਨਾਮ ਰੋਸ਼ਨ ਕਰੇਗਾ। ਇਨ ਦਾ ਏਰੀਆ ਵੇਅਰ ਇਜ਼ ਐਲੀਫੈਂਟ ਲਿਵਡ, ਆਂਸਰ ਦੇਅਰ ਵਾਸ ਨੋ ਵਾਟਰ, ਦਾ ਐਲੀਫੈਂਟ ਕਿੰਗ ਟੋਲਡ ਦਾ ਐਲੀਫੈਂਟ ਟੂ ਗੋ ਟੂ ਆਂਸਰ ਡਿਫਰੈਂਟ ਡਾਇਰੈਕਸ਼ਨਸ।
What was close to the lake? A colony of rabbits. What did the rabbits paint? Thousands of rabbits did. What did the king of rabbits? What other rabbits of find? Solitaire. What did one tell? ਜਦੋਂ ਮੇਰੀ ਪਰਫੋਰਮੈਂਸ ਇੱਕ ਦਿਨ ਟੀ ਵੀ 'ਤੇ ਆਈ ਤਾਂ ਸਾਰੀ ਫੈਮਿਲੀ ਨੇ ਦੇਖੀ ਤਾਂ ਸਾਰੀ ਫੈਮਿਲੀ ਬਹੁਤ ਖੁਸ਼ ਹੋਈ ਅਤੇ ਉਹਨਾਂ ਨੇ ਮੈਨੂੰ ਵਧਾਈਆਂ ਦਿੱਤੀਆਂ ਅਤੇ ਮੈਨੂੰ ਵੀ ਬਹੁਤ ਵਧੀਆ ਲੱਗਿਆ ਅਤੇ ਮੈਂ ਵੀ ਬਹੁਤ ਖੁਸ਼ ਹੋਇਆ। ਵਰੁਣ ਬਾਂਸਲ ਸਰ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਇਹ ਸ਼ੋਅ ਲਿਆਂਦਾ ਅਤੇ ਮੈਨੂੰ ਆਪਣਾ ਟੈਲੈਂਟ ਦਿਖਾਉਣ ਦਾ ਮੌਕਾ ਮਿਲਿਆ। ਮੈਂ KKH ਦੀ ਟੀਮ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਮੈਨੂੰ ਇਹ ਇੰਨਾ ਉੱਚਾ ਮੁਕਾਮ ਦਿੱਤਾ। ਥੈਂਕ ਯੂ KKH।